ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ। ਬਿਲਕੁਲ ਅਮਰਕੋਟ ਦੇ ਲਾਗੇ ਦੋਸਤੋ ਪਿੰਡ ਆ ਚੀਮਾ, ਅਤੇ ਵੀਰ ਅੰਮ੍ਰਿਤ ਦੇ ਕੋਲ ਆਏ ਹਾਂ। ਅਤੇ ਪਸ਼ੂ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਇਸ ਘਰੋਂ ਦਿਖਾ ਦਈਦੇ ਆ, ਕੋਈ ਇੱਕ ਨਾਗ ਆ ਜਾਵੇ, ਦੋ ਨਾਗ ਆ ਜਾਣ, ਤਿੰਨ ਨਾਗ ਆ ਜਾਣ, ਬਿਲਕੁਲ ਜਿਹੜੇ ਤੁਹਾਨੂੰ ਦਿਖਾ ਦਈਦੇ ਆ। ਵਿਕਰੀ ਵਾਲੇ ਪਸ਼ੂ ਆਉਂਦੇ ਆ ਅਤੇ ਸੇਲ ਪਰਚੇਜ ਦਾ ਵੀਰ ਦਾ ਕੰਮ ਆ। ਸੋ ਇੱਕ ਵਹਿੜ ਜਿਹੜੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ। ਅੱਜ ਪਸੰਦ ਆਊਗੀ ਤੁਹਾਨੂੰ, ਬਿਲਕੁਲ ਤਾਜ਼ੀ ਸੂਈ ਸਵਾਈ ਆ। ਅਤੇ ਜਵਾਬ ਪੁੱਛ ਲਾਂਗੇ ਵੀਰ ਨੂੰ, ਧਾਰਾਂ ਪੁੱਛ ਲਾਂਗੇ ਵੀ ਕਿੰਨੀਆਂ ਹੁਣ ਮੌਜੂਦ ਆ, ਰੇਟ ਪੜਤਾ ਕੀ ਆ, ਪੂਰੀ ਗੱਲਬਾਤ ਕਰ ਲਾਂਗੇ। ਅਸਲ ਭੂਰੇ ਪਿੰਡ ਥੋੜ੍ਹੀ ਦੂਰੀ 'ਤੇ ਆ, ਅਮਰਕੋਟ ਵਾਲਾ ਜਿਹੜਾ ਦੋਸਤੋ ਇਹ ਚੀਮਾ ਪਿੰਡ ਆ, ਬਿਲਕੁਲ ਖੇਮਕਰਨ 'ਤੇ ਲਾਗੇ, ਕੋਈ 8 ਕਿਲੋਮੀਟਰ ਦੀ ਦੂਰੀ ਹੈਗੀ ਆ, ਅੱਗੇ ਖੇਮਕਰਨ ਰਹਿ ਜਾਂਦਾ, ਠੀਕ ਹੈ ਜੀ। ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਚੀਮੇ ਕਰਨੀ ਆ। ਆ ਜਾਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ, ਪੁੱਛ ਲੈਂਦੇ ਹਾਂ ਕੀ ਡਿਟੇਲ ਆ ਅੱਜ ਇਸ ਬੈਡ ਦੀ। ਸਭ ਤੋਂ ਪਹਿਲਾਂ ਵੀਰ ਅੰਮ੍ਰਿਤ ਕੀ ਹਾਲ ਨੇ? ਵਧੀਆ ਵਧੀਆ ਵੀਰ ਜੀ, ਤੁਸੀਂ ਸੁਣਾਓ? ਬਹੁਤ ਵਧੀਆ, ਠੀਕ ਹੈ। ਹੋਰ ਸੁਣਾ ਭਰਾ, ਠੀਕ ਠਾਕ? ਵਧੀਆ ਵਧੀਆ ਵਧੀਆ। ਅੱਛਾ ਅੰਮ੍ਰਿਤ ਭਾਈ, ਪਸ਼ੂ ਅੱਜ ਫਿਲਹਾਲ ਆਪਣੇ ਕੋਲ ਇਹ ਇੱਕ ਬੈਡ ਵਿਕਾਊ ਆ। ਹਾਂਜੀ ਹਾਂਜੀ, ਇਹ ਬਿਲਕੁਲ ਹੈ ਤਾਜ਼ੀ ਸੂਈ ਸਵਾਈ। ਹਾਂਜੀ ਹਾਂਜੀ, ਠੀਕ ਹੈ। ਤੇ ਸੂਆ ਵੀਰ ਕਿੰਨਵਾਂ ਆ? ਦੂਜੇ ਸੂਏ ਵੀਰ ਜੀ, ਸੂਈ ਆ ਦੂਜੇ ਸੂਬੇ ਆ। ਹਾਂਜੀ, ਠੀਕ ਹੈ। ਦਿਨ ਕਿੰਨੇ ਕੁ ਹੋ ਗਏ? ਦਿਨ ਵੀਰ ਜੀ ਹੋ ਗਏ ਹੋਣਗੇ ਕੋਈ 4 ਤੋਂ 5 ਦਿਨ। 4 ਤੋਂ 5? ਹਾਂਜੀ ਹਾਂਜੀ, ਠੀਕ ਆ। ਬੱਚਾ ਮਗਰ ਬੱਚਾ? ਹਾਂ ਹਾਂਜੀ, ਮਗਰ ਬੱਚਾ ਹੈ, ਠੀਕ ਹੈ ਜੀ। ਆਹ ਦੇਖੋ, 4 ਤੋਂ 5 ਕੁ ਦਿਨ ਦਾ ਵੀਰ ਸਮਾਂ ਕਹਿ ਰਿਹਾ ਵੀ 4 ਤੋਂ 5 ਕੁ ਦਿਨ ਦਾ ਸਮਾਂ। ਅਤੇ ਆਹ ਬੈਡ ਜਿਹੜੀ ਦੋਸਤੋ ਫੇਸ ਕੁਆਲਿਟੀ ਦੇਖ ਕੇ ਚੈੱਕ ਕਰੋ, ਦੂਜਾ ਸੂਆ ਸੂਈ ਨਾ ਵੀਰ? ਹਾਂਜੀ, 6 ਦੰਦ ਆ ਮੂੰਹ, ਠੀਕ ਆ, ਮੂੰਹ ਛਿੱਕੀ ਆ, ਕੰਨੀ ਵਾਲੇ ਦੰਦ ਬਰਾਬਰ ਨਹੀਂ ਹਜੇ ਕੀਤੇ ਗਏ, ਮੂੰਹ 6 ਦੰਦ ਆ। ਅਤੇ ਹਵਾਨਾ ਤੁਸੀਂ ਆਹ ਦੇਖ ਲਓ ਵੀਡੀਓ ਦੇ ਵਿੱਚ, ਆਰਡਰ ਕੁਆਲਿਟੀ ਜਿਹੜੀ ਆ ਦੋਸਤੋ ਸੋਹਣੀ ਆ ਇਸ ਬੈਡ ਦੀ। ਬਾਕੀ ਹਾਈਟ ਵੱਡੀ ਆ, ਫੁੱਲ ਬੜਾ ਫੁੱਲ ਵੱਡੀ ਹਾਈਟ ਆ, ਠੀਕ ਹੈ ਜੀ, ਕੋਈ ਛੋਟਾ ਜਿਹਾ ਦਰਮਿਆਨਾ ਸਾਈਜ਼ ਨਹੀਂ ਹੈਗਾ ਗਾ। ਸੋ ਬਾਕੀ ਬੋਡੀ ਬਣਤਰ ਚੰਗੀ ਆ। ਅਤੇ ਆਹ ਥੰਮਨੇ ਬਾ ਵੇਖੋ ਜੀ। ਅੱਛਾ ਅੰਮ੍ਰਿਤ, ਜਵਾਬ ਨੇ ਵਧੀਆ? ਪੂਰਾ ਪੂਰਾ ਵੀਰ ਜੀ, ਪੋਲੀ ਆ ਚਵਾਈ? ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਚਵਾ ਜਿਹੜਾ ਦੋਸਤੋ ਇੱਕ ਨੰਬਰ ਆ, ਪੋਲੀ ਚਵਾਈ ਆ, ਮੁੱਠੀ ਥਣ। ਸੋ ਪਸੰਦ ਆਊਗੀ ਤੁਹਾਨੂੰ, ਆਰਡਰ ਕੁਆਲਿਟੀ ਚੰਗੀ ਆ। ਬਾਕੀ ਜਿਹੜਾ ਸਮਾਂ ਦੋਸਤੋ ਸ਼ਾਮ ਦਾ ਹੈ, ਠੀਕ ਹੈ ਜੀ, ਕੋਈ 4 ਕੁ ਵਜੇ ਦਾ ਸਮਾਂ ਆ। ਬਾਕੀ ਚਵਾਈ ਅੰਮ੍ਰਿਤ ਕਿੰਨੇ ਤੋਂ ਕਿੰਨੇ ਵਜੇ ਕਰ ਰਹੇ ਆ? 6 ਤੋਂ 6 ਵੀਰ ਜੀ। 6 ਤੋਂ 6? ਹਾਂਜੀ ਹਾਂਜੀ, ਠੀਕ ਹੈ ਭਰਾ, ਠੀਕ ਹੈ। ਅੰਮ੍ਰਿਤ ਭਾਈ, ਹੁਣ ਮੌਕੇ ਦਾ ਵੀਰ ਹਾਜ਼ਰ ਦੁੱਧ ਕਿੰਨਾ? ਵੀਰ ਜੀ ਹੁਣ ਹਾਜ਼ਰ ਦੁੱਧ ਪੂਰਾ 13 ਕਿਲੋ ਜੇ, ਠੀਕ ਹੈ ਜੀ। ਹਾਂਜੀ ਹਾਂਜੀ, ਤੇ ਕਿੰਨੀ ਕੁ ਆਸ ਕਰਦੇ ਆ, ਕਿੰਨਾ ਕੁ ਪਾ ਦੇਊਗੀ ਦੁੱਧ? ਦੁੱਧ ਵੀਰ ਜੀ ਪਾ ਜੂਗੀ 16 ਤੋਂ 17 ਲੀਟਰ। 16 ਤੋਂ 17? ਹਾਂਜੀ ਹਾਂਜੀ, ਠੀਕ ਹੈ ਜੀ। 16 ਤੋਂ 17 ਕੁ ਲੀਟਰ ਜਿਹੜਾ ਦੁੱਧ ਪਾ ਦੇਊਗੀ ਵੈੜ। ਸੋ ਬਾਕੀ ਤੁਸੀਂ ਵੈੜ ਦੇਖ ਲਈ ਆ, ਹਵਾਨਾ ਸੋਹਣਾ, ਚਵਾ ਚੰਗਾ ਲੱਗਾ। ਬਾਕੀ ਅੱਜ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਆ, ਕੋਈ 5ਵੇਂ 7ਵੇਂ ਦਿਨ 6ਵੇਂ ਦਿਨ ਦੇ ਵਿੱਚ ਤਾਂ 13 ਕਿਲੋ ਚਵਾਈ ਆ। ਸੋ ਅੱਗੇ ਜਿਹੜੇ ਦੋਸਤੋ ਚੰਗੇ ਦੁੱਧ ਦੀ ਵੀਰਾਂ ਦਾ ਵੀ ਆਸ ਕਰਦੇ ਹਾਂ, ਠੀਕ ਆ, ਵੀ 16 ਲੀਟਰ 15 ਪਲੱਸ 16 ਲੀਟਰ ਜਿਹੜਾ ਦੁੱਧ ਚਵਾ ਦੂਗੀ, ਠੀਕ ਹੈ। ਲਓ ਵੀਰ, ਖੋਲ੍ਹ ਕੇ ਦਿਖਾਈਏ। ਸੋ ਦੁੱਧ ਜਿਹੜਾ ਦੋਸਤੋ, ਚਾਹੇ ਬੌਲਾ ਮੰਨ ਸਕਦੇ, ਚਾਹੇ ਬੌਲੇ ਤੋਂ ਬਾਹਰ ਆਈ ਤੁਸੀਂ ਸਮਝ ਸਕਦੇ ਅੱਜ 5ਵੇਂ 6ਵੇਂ ਦਿਨ ਦੇ ਵਿੱਚ। ਅਤੇ 13 ਕਿਲੋ ਅੱਜ ਜਿਹੜਾ ਹੈਗਾ, ਠੀਕ ਹੈ, ਆਹ ਦੇਖੋ। ਹਾਂ ਲਓ ਜੀ, ਠੀਕ ਹੈ। ਹਾਈਟ ਕੱਦ ਕਾਫੀ ਸੋਹਣਾ ਹੈ, ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੇ। ਬਾਕੀ ਥਣ ਸਹਿਜ ਚੰਗਾ, ਮੁੱਠੀ ਥਣ, ਹੱਥੀ ਚੁਬਾਈ ਵਾਲਾ ਜਿਹੜਾ ਦੋਸਤੋ ਥਣ ਲੱਗਾ ਇਸ ਵੈੜ ਦੇ। ਠੀਕ ਹੈ ਜੀ। ਅੱਛਾ ਅੰਮ੍ਰਿਤ, ਕੀ ਵੀਰੇ ਮੁੱਲ ਕੀ ਹੋ ਗਿਆ ਜੀ, ਕੀ ਡਿਮਾਂਡ ਕਰਦਾ?
ਮੁੱਲ ਵੀਰ ਜੀ 48,000 ਆਪਾਂ ਇਹਦਾ ਕਰਦੇ ਆ। ਹਾਂਜੀ ਲੈਣ ਦੇਣ ਵਾਲੇ ਕੀਤਾ। ਹਾਂਜੀ ਹਾਂਜੀ ਇਹ ਥੋੜਾ ਪਤਾ ਵਿੱਚ ਮੌਕੇ ਤੋਂ ਕਰਦਾ ਵੀਰ ਜੀ ਹੁੰਦਾ ਥੋੜਾ ਪਤਾ। ਹਾਂਜੀ ਹਾਂਜੀ ਜੋ ਹੋਇਆ ਮਾਨਤਾਨ ਜ਼ਰੂਰ ਹੋਊ। ਜ਼ਰੂਰ ਜੀ ਜ਼ਰੂਰ। 48,000 ਚੋਂ। ਹਾਂਜੀ ਹਾਂਜੀ ਠੀਕ ਹੈ ਤੇ ਬੋਲੀ ਗਿਆ ਨੰਬਰ ਅਮਰਤ ਭਾਈ 6288 ਹਾਂਜੀ 38526 ਠੀਕ ਹੈ ਜੀ। ਹਾਂਜੀ ਸੋ ਦੋਸਤੋ ਇਹ ਆ ਮੇਰੇ ਨਾਲ ਵੀਰ ਅਮਰਤ ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਚੀਮੇ ਕਰਨੀ ਆ ਦੋਸਤੋ ਅਤੇ ਬਾਕੀ ਇੱਕ ਵਾਰੀ ਤੁਹਾਨੂੰ ਫਿਰ ਮੋਟੇ ਜਿਹੇ ਤੌਰ 'ਤੇ ਆਪਾਂ ਹਵਾਨੇ ਦਾ ਸਟਰਕਚਰ ਇੱਕ ਵਾਰੀ ਵਿਖਾ ਦਿੰਦੇ ਹਾਂ ਅਤੇ ਥਣ ਲੇਵਾ ਇੱਕ ਵਾਰੀ ਆ ਫਿਰ ਦੇਖੋ ਵੀ ਮੁੱਠੀ ਵਾਲਾ ਥਣ ਦੋਸਤੋ ਥਣ ਦਾ ਸਹਿਜ ਕਾਫੀ ਸੋਹਣਾ ਚੰਗਾ ਸਹਿਜ ਆ ਠੀਕ ਹੈ ਜੀ। ਵਿਰਲਾ ਦੇ ਵੀਰ ਜੀ ਬਹੁਤ ਲੱਗਦਾ ਵਿੱਥੀ ਬੁੱਥੀ ਕਾਫੀ ਜ਼ਿਆਦੀ ਆ ਵਿਰਲਾ ਚੰਗੀਆਂ ਖਾਸ ਸਪੈਸ਼ਲ ਵਿਰਲਾ ਨੇ ਅਤੇ ਹਾਈਟ ਕੱਦ ਵੀ ਜਿਹੜਾ ਪੂਰੀ ਵੱਡੀ ਆ ਜੀ ਠੀਕ ਆ ਕੋਈ ਛੋਟੀ ਜੀ ਨਹੀਂ ਗੀ ਹਾਈਟ ਬਹੁਤ ਸੋਹਣੀ ਆ ਵੇਲ ਸੋਹਣੀ ਆ ਲੰਬਾਈ ਵੀ ਚੰਗੀ ਆ ਠੀਕ ਹੈ ਜੀ ਅਤੇ ਮਗਰ ਇੱਕ ਵਾਰੀ ਬੱਚਾ ਤੁਸੀਂ ਆ ਫੇਰ ਦੇਖ ਲਓ ਵੀਡੀਓ 'ਚ ਨੰਬਰ ਬਿਲਕੁਲ ਥੱਲੇ ਜਿਹੜੇ ਦੋਸਤੋ ਸਕਰੀਨ 'ਤੇ ਚੱਲਦੇ ਰਹਿਣਗੇ ਬਾਈ ਅੰਮ੍ਰਿਤ ਦੇ ਅਤੇ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਜੀ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।